ਜਿਹੜੀਆਂ ਇਹ ਵੱਡੀਆਂ ਵੱਡੀਆਂ ਗੱਲਾਂ ਕਰਦੇ ਸਾਡੇ ਮੁੱਖ ਮੰਤਰੀ ਜੀ ਕਿ ਪੁਰਾਣੀਆਂ ਸਰਕਾਰਾਂ ਇੱਦਾਂ ਖਰਚ ਕਰਦੀਆਂ ਗਲਤ ਖਰਚ ਕਰਦੀਆਂ ਸਾਡੇ ਖਜ਼ਾਨੇ 'ਤੇ ਏਡਾ ਵੱਡਾ ਭਾਰ ਪੈ ਗਿਆ। ਭਾਰਤ ਆ ਜੀ, ਤੁਹਾਨੂੰ ਵੀ ਪਤਾ ਵੀ ਖਜ਼ਾਨਾ ਖਾਲੀ ਹੈ ਸਾਡਾ। ਤੁਸੀਂ ਸਰਕਾਰ, ਤੁਸੀਂ ਹਜੇ ਸਹੁੰ ਚੱਕੀ ਨਹੀਂ, ਉਸ ਤੋਂ ਪਹਿਲਾਂ ਲੱਖਾਂ ਦਾ ਖਰਚ ਕਰ ਦਿੱਤਾ। ਉਹ ਉਸ ਤੋਂ ਬਾਅਦ ਤੁਸੀਂ ਹਜੇ ਉਸ ਤੋਂ ਬਾਅਦ ਜਿਹੜੇ ਅਫਸਰ ਨੇਗੇ ਅੰਮ੍ਰਿਤਸਰ ਦੇ ਵਿੱਚ ਅਫਸਰ ਨੇਗੇ, ਉਹਨਾਂ ਨੇ ਹੁਣ ਐਂ ਨਹੀਂ ਪਤਾ ਵੀ ਕਿਹਦੇ ਕਿਹਦੇ 'ਤੇ ਖਰਚ ਕੀਤਾ। ਉਹ ਵੀ ਜਵਾਬ ਦੇਣ, ਉਹਨਾਂ ਨੂੰ ਵੀ ਜਵਾਬ ਦੇਣਾ ਪੈਣਾ ਵੀ ਕਿੱਥੇ ਅਤੇ ਕਿਹੜੀਆਂ ਕਿਹਦੇ ਕਿਹਦੇ 'ਤੇ ਏਡਾ ਵੱਡਾ ਖਰਚ ਕੀਤਾ ਗਿਆ, ਜਦੋਂ ਕਿ ਪ੍ਰੋਗਰਾਮ ਵੀ ਪਾਰਟੀ ਦਾ ਸੀ ਅਤੇ ਉਦੋਂ ਸਹੁੰ ਵੀ ਨਹੀਂ ਚੱਕੀ ਸੀਗੀ। ਦੇਖੋ ਜੀ, 10 ਤਰੀਕ ਨੂੰ, 10 ਮਾਰਚ ਨੂੰ ਆਮ ਆਦਮੀ ਪਾਰਟੀ ਨੇ 92 ਸੀਟਾਂ ਜਿੱਤ ਕੇ ਇੱਕ ਵੱਡੀ ਜਿੱਤ ਪ੍ਰਾਪਤ ਕੀਤੀ ਸੀ ਪੰਜਾਬ ਦੇ ਵਿੱਚ। ਉਸ ਤੋਂ ਬਾਅਦ 13 ਤਰੀਕ ਨੂੰ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਇੱਕ ਪਾਰਟੀ ਦੀ ਰੈਲੀ ਕੱਢੀ ਸੀ, ਜਿਹਦਾ ਨਾਮ ਵਿਜੈ ਯਾਤਰਾ ਕੱਢਿਆ ਸੀ, ਜਸ਼ਨ ਮਨਾਇਆ ਸੀ ਜਿੱਤ ਦਾ, ਜਿਹੜਾ ਚੰਗੀ ਗੱਲ ਹੈ, ਐਡੀ ਵੱਡੀ ਜਿੱਤ ਵੀ ਹੋਈ ਸੀ। ਅਤੇ ਉਸ ਤੋਂ ਬਾਅਦ 16 ਤਰੀਕ ਨੂੰ ਭਗਵੰਤ ਮਾਨ ਜੀ ਨੇ ਸਹੁੰ ਚੱਕੀ ਸੀ ਖਟਖੜ ਕਲਾਂ ਵਿਖੇ। ਜਦੋਂ ਇਹ RTI ਮੈਂ ਪਾਈ ਕਿ ਜਿਹੜਾ 13 ਤਰੀਕ ਨੂੰ ਸਹੁੰ ਚੱਕਣ ਤੋਂ ਪਹਿਲਾਂ ਜਿਹੜਾ ਪ੍ਰੋਗਰਾਮ ਕੀਤਾ ਸੀ, ਕਿਤੇ ਉਹਦਾ ਖਰਚਾ ਸਰਕਾਰੀ ਖਜ਼ਾਨੇ 'ਚ ਤਾਂ ਨਹੀਂ ਕੀਤਾ ਗਿਆ, ਤਾਂ ਮਾਰਚ ਦੇ ਵਿੱਚ RTI ਪਾਈ ਸੀ, ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਉਸ ਤੋਂ ਬਾਅਦ ਮੈਂ ਫਸਟ ਅਪੀਲ ਪਾਈ 35 ਦਿਨਾਂ ਬਾਅਦ, ਉਸਦਾ ਵੀ ਕੋਈ ਜਵਾਬ ਨਹੀਂ ਦਿੱਤਾ, ਇਹਨਾਂ ਨੇ ਸਮਝਿਆ ਨਹੀਂ, ਜ਼ਰੂਰੀ ਸਮਝਿਆ ਨਹੀਂ। ਫਿਰ ਮੈਂ ਉਸ ਤੋਂ ਬਾਅਦ ਇਨਫੋਰਮੇਸ਼ਨ ਕਮਿਸ਼ਨ ਦੇ ਵਿੱਚ ਗਿਆ ਚੰਡੀਗੜ੍ਹ ਦੇ ਵਿੱਚ, ਜਿੱਥੇ ਆਪਣਾ ਸਟੇਟ ਇਨਫੋਰਮੇਸ਼ਨ ਕਮਿਸ਼ਨ, ਉੱਥੇ ਫਿਰ ਸੈਕਿੰਡ ਅਪੀਲ ਪਾਈ। ਉੱਥੇ ਫਿਰ ਸੈਕਿੰਡ ਅਪੀਲ ਦੀ ਪੇਸ਼ੀ ਆਪਣੇ ਸੁਰੇਸ਼ ਅਰੋੜਾ ਜੀ, ਜਿਹੜੇ ਸਾਬਕਾ DGP ਅਤੇ ਹੁਣ ਚੀਫ ਇਨਫੋਰਮੇਸ਼ਨ ਕਮਿਸ਼ਨਰ ਨੇ, ਉਹਨਾਂ ਕੋਲ ਲੱਗੀ। ਉਸ ਤੋਂ ਬਾਅਦ ਫਿਰ ਇਹਨਾਂ ਨੇ ਇਹ ਭੇਜੀ, ਅਤੇ ਇਹਦੇ ਵਿੱਚ ਹੈਰਾਨੀਜਨਕ ਖੁਲਾਸੇ ਹੋਏ ਵੀ ਜਿਹੜਾ ਇਹਨਾਂ ਦਾ ਪਾਰਟੀ ਦਾ ਉੱਤੇ ਰੈਲੀ ਕੱਢੀ ਸੀ, ਵਿਜੇ ਯਾਤਰਾ ਕੱਢੀ ਸੀ, ਉਹਦਾ ਸਾਰਾ ਖਰਚਾ A to Z 5-star ਹੋਟਲਾਂ ਦੇ ਵਿੱਚ ਕੁਝ ਘੰਟਿਆਂ ਦੇ ਖਰਚੇ, ਜਿਹੜੇ ਲੱਖਾਂ ਦੇ ਵਿੱਚ ਖਰਚੇ ਗਏ, ਜਿੱਦਾਂ ਤੁਹਾਡੇ ਤਾਜ ਸਵਰਨਾ ਹੋਟਲ ਆ ਉੱਥੇ 5-star, ਉਹਦਾ ਕਰੀਬ 1.5 ਲੱਖ ਦਾ ਖਰਚਾ, ਅਤੇ 1.5-2 ਲੱਖ ਦਾ ਖਰਚਾ। ਉਸ ਤੋਂ ਬਾਅਦ ਜਿੱਦਾਂ ਜਿਹੜੇ ਉਹਨਾਂ ਦਿੱਲੀ ਲੀਡਰਸ਼ਿਪ ਦੇ ਸਵਾਗਤ ਲਈ ਆਪਣਾ ਗਲੀਆਂ ਦੇ ਵਿੱਚ ਰੋਡ 'ਤੇ ਅਤੇ ਆਪਣੇ ਹੋਰ ਵਹੀਕਲਾਂ 'ਤੇ ਫੁੱਲ ਲਾਏ ਸੀ, ਉਹਦਾ 5 ਲੱਖ ਦੇ ਕਰੀਬ ਖਰਚਾ। ਉਸ ਤੋਂ ਬਾਅਦ ਜਿਹੜਾ ਤੁਹਾਡਾ ਕਲਚਰਲ ਪ੍ਰੋਗਰਾਮ ਕਰਾਇਆ ਸੀ, ਉਹਨਾਂ ਦੀਆਂ ਜਿਹੜੀਆਂ ਟੀਮਾਂ ਸੀ, ਉਹਦਾ 60,000 ਦੇ ਕਰੀਬ ਖਰਚਾ। ਅਤੇ ਉਸ ਤੋਂ ਬਾਅਦ ਜਿਹੜਾ ਫੋਟੋਗ੍ਰਾਫਰ ਆਏ ਸੀ, ਉਹਦਾ 17,000 ਦੇ ਕਰੀਬ ਖਰਚਾ। ਜਿਹੜੀਆਂ ਫਲੈਕਸਾਂ ਲਾਈਆਂ ਸੀ, 42,000 ਦੇ ਕਰੀਬ ਖਰਚਾ। ਉਸ ਤੋਂ ਬਾਅਦ ਜਿਹੜਾ ਉੱਥੇ ਟੈਂਟ ਲਾਇਆ ਸੀ, ਕੁਰਸੀਆਂ ਲਾਈਆਂ ਸੀ, ਉਹਦਾ 5.5 ਲੱਖ ਰੁਪਏ ਖਰਚਾ। ਅਤੇ ਉਸ ਤੋਂ ਬਾਅਦ ਜਿਹੜੀਆਂ ਲੀਡਰਸ਼ਿਪ ਨੂੰ ਦੇਣ ਲਈ ਫੁਲਕਾਰੀਆਂ ਮੰਗਾਈਆਂ ਗਈਆਂ ਸੀ, ਉਹਦਾ 18,000 ਰੁਪਏ ਦੀਆਂ ਫੁਲਕਾਰੀਆਂ ਲਗਾਈਆਂ ਹੋਈਆਂ। 4 ਪੀਸ ਇਹਨਾਂ ਨੇ ਗੋਲਡ ਪਲੇਟਡ ਕਿਰਪਾਨਾਂ ਮੰਗਾਈਆਂ ਸੀਗੀਆਂ ਆਪਦੀ ਲੀਡਰਸ਼ਿਪ ਨੂੰ ਭੇਂਟ ਕਰਨ ਲਈ, ਮਤਲਬ ਉਹਦਾ ਚਾਰ ਕਿਰਪਾਨਾਂ ਦਾ 34,000 ਰੁਪਈਆ ਲਾਇਆ ਹੋਇਆ। ਇਸ ਤੋਂ ਬਾਅਦ 75,000 ਰੁਪਇਆ ਜਿਹੜਾ ਮੂਹਰੇ ਦਿੱਲੀ ਲੀਡਰਸ਼ਿਪ ਦੇ ਸਵਾਗਤ ਲਈ ਗੇਟ ਬਣਾਇਆ ਸੀਗਾ, 75,000 ਰੁਪਏ ਦਾ ਉਹ ਗੇਟ 'ਤੇ ਹੀ ਲਾਤਾ ਇਹਨਾਂ ਨੇ। ਮਤਲਬ ਇਹ ਜਿਹੜਾ ਕਰੀਬ 15 ਲੱਖ ਦੇ ਕਰੀਬ ਖਰਚਾ, ਇਹ ਸਾਰਾ ਜਿਹੜਾ ਕਿ ਇਹਨਾਂ ਨੂੰ ਪਾਰਟੀ ਦੇ ਖਜ਼ਾਨੇ 'ਚੋਂ ਕਰਨਾ ਬਣਦਾ ਸੀਗਾ, ਉਹ ਇਹਨਾਂ ਨੇ ਸਰਕਾਰੀ ਖਜ਼ਾਨੇ 'ਚੋਂ ਕੀਤਾ, ਜਦੋਂ ਕਿ ਇਹਨਾਂ ਨੇ ਉਦੋਂ ਸਹੁੰ ਵੀ ਨਹੀਂ ਚੱਕੀ ਸੀ, ਪਲੱਸ ਇਹਨਾਂ ਦੀ ਕੋਈ ਸਰਕਾਰ ਨਹੀਂ ਬਣੀ ਸੀ। ਅਤੇ ਵੱਡੀ ਗੱਲ ਇਹ ਵੀ ਇਹਨਾਂ ਦੀ ਜਿਹੜੀ ਇਹ ਪਾਰਟੀ ਦਾ ਫੰਕਸ਼ਨ ਸੀਗਾ। ਹੁਣ ਇਹਦੇ 'ਚ ਜਿਹੜੀਆਂ ਇਹ ਵੱਡੀਆਂ ਵੱਡੀਆਂ ਗੱਲਾਂ ਕਰਦੇ ਸਾਡੇ ਮੁੱਖ ਮੰਤਰੀ ਜੀ ਕਿ ਪੁਰਾਣੀਆਂ ਸਰਕਾਰਾਂ ਇੱਦਾਂ ਖਰਚ ਕਰਦੀਆਂ, ਗਲਤ ਖਰਚ ਕਰਦੀਆਂ, ਸਾਡੇ ਖਜ਼ਾਨੇ 'ਤੇ ਏਡਾ ਵੱਡਾ ਭਾਰ ਪੈ ਗਿਆ। ਭਾਰਤ ਆ ਜੀ, ਤੁਹਾਨੂੰ ਵੀ ਪਤਾ ਵੀ ਖਜ਼ਾਨਾ ਖਾਲੀ ਹੈ ਸਾਡਾ। ਤੁਸੀਂ ਸਰਕਾਰ, ਤੁਸੀਂ ਹਜੇ ਸਹੁੰ ਚੱਕੀ ਨਹੀਂ, ਉਸ ਤੋਂ ਪਹਿਲਾਂ ਲੱਖਾਂ ਦਾ ਖਰਚ ਕਰ ਦਿੱਤਾ। ਉਸ ਤੋਂ ਬਾਅਦ ਹਜੇ ਉਸ ਤੋਂ ਬਾਅਦ ਜਿਹੜੇ ਅਫਸਰ ਨੇਗੇ ਅੰਮ੍ਰਿਤਸਰ ਦੇ ਵਿੱਚ ਅਫਸਰ ਨੇਗੇ, ਉਹਨਾਂ ਨੇ ਹੁਣ ਐਂ ਨਹੀਂ ਪਤਾ ਵੀ ਕਿਹਦੇ ਕਿਹਦੇ 'ਤੇ ਖਰਚ ਕੀਤਾ। ਉਹ ਵੀ ਜਵਾਬ ਦੇਣ, ਉਹਨਾਂ ਨੂੰ ਵੀ ਜਵਾਬ ਦੇਣਾ ਪੈਣਾ ਵੀ ਕਿੱਥੇ ਅਤੇ ਕਿਹੜੀਆਂ ਕਿਹਦੇ ਕਿਹਦੇ 'ਤੇ ਏਡਾ ਵੱਡਾ ਖਰਚ ਕੀਤਾ ਗਿਆ, ਜਦੋਂ ਕਿ ਪ੍ਰੋਗਰਾਮ ਵੀ ਪਾਰਟੀ ਦਾ ਸੀ ਅਤੇ ਉਦੋਂ ਸਹੁੰ ਵੀ ਨਹੀਂ ਚੱਕੀ ਸੀਗੀ। ਉਸ ਤੋਂ ਇਹ ਵੀ ਨਹੀਂ, ਉਸ ਤੋਂ ਬਾਅਦ ਨਾਲ ਦੀ ਨਾਲ ਬਾਅਦ 16 ਤਰੀਕ ਨੂੰ ਇਹਨਾਂ ਦਾ ਸਹੁੰ ਚੁੱਕ ਸਮਾਗਮ ਸੀਗਾ, ਉਸ ਦੀ ਐਡਵਰਟਾਈਜ਼ਮੈਂਟ ਦਿੱਤੀ ਗਈ ਕਰੀਬ 6 ਕਰੋੜ ਦੀ। ਉਸ ਸਹੁੰ ਚੁੱਕ ਸਮਾਗਮ 'ਤੇ 2 ਕਰੋੜ ਦਾ ਖਰਚਾ ਕੀਤਾ ਗਿਆ, 8 ਕਰੋੜ ਦਾ ਉਹ ਵੀ ਸਾਰਾ ਸਰਕਾਰੀ ਖਜ਼ਾਨੇ 'ਚ ਲਾਇਆ ਗਿਆ। ਚਲੋ, ਅੱਜ ਦਾ ਮੁੱਦਾ ਇਹ ਹੈ ਵੀ ਜਿਹੜਾ ਅੰਮ੍ਰਿਤਸਰ ਦੇ ਵਿੱਚ ਇਹਨਾਂ ਨੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਖਰਚਾ ਕੀਤਾ ਗਿਆ, ਉਹ ਕਿਉਂ ਕੀਤਾ, ਸਰਕਾਰੀ ਖਜ਼ਾਨੇ 'ਚੋਂ ਕਿਉਂ ਕੀਤਾ, ਉਹ ਪਾਰਟੀ ਦੇ ਪਾਰਟੀ ਦਾ ਫੰਕਸ਼ਨ ਸੀ, ਪਾਰਟੀ ਫੰਡ 'ਚੋਂ ਕਿਉਂ ਨਹੀਂ ਕੀਤਾ। ਅੰਮ੍ਰਿਤਸਰ ਦੇ ਜਿਹੜੇ ਅਫਸਰ ਨੇ ਉਹ ਜਵਾਬ ਦੇਣੇ ਵੀ ਕਿਹਦੇ ਕਿਹਦੇ 'ਤੇ ਉਹਨਾਂ ਨੇ ਇਹ ਸਾਰੇ ਪੈਸੇ ਲਾਏ, ਅਤੇ ਜਿਹੜੀ ਆਮ ਆਦਮੀ ਪਾਰਟੀ ਹੈ ਆਪਦੇ ਆਪ ਨੂੰ ਬੜਾ ਐਥੀਕਲੀ ਸਹੀ ਕਹਿੰਦੀ ਹੈ, ਉਹ ਸਾਰੇ ਖਰਚੇ ਉਸਦੀ ਜਿਹੜੀ ਬੱਸਾਂ ਬੁਲਾਈਆਂ ਸੀ, ਸਰਕਾਰੀ PRTC ਬੱਸਾਂ ਇਹਨਾਂ ਨੇ ਆਪਦੇ ਵਰਕਰ ਬੁਲਾਏ ਸੀ, ਉਹ ਵੀ ਸਾਰਾ ਸਰਕਾਰੀ ਖਜ਼ਾਨੇ 'ਚੋਂ ਕੀਤਾ, ਉਹਦਾ ਵੀ ਖਰਚ, ਅਤੇ ਉਦੋਂ ਬਾਅਦ ਉਹਨਾਂ ਦੇ ਖਾਣ ਪੀਣ ਦਾ ਹਰ ਇੱਕ DC ਨੇ ਖਰਚਾ ਕੀਤਾ, ਉਹ ਵੀ ਸਾਰਾ ਖਰਚ ਸਰਕਾਰੀ ਖਜ਼ਾਨੇ 'ਚੋਂ ਕੀਤਾ ਗਿਆ। ਸਾਰਾ 15 ਲੱਖ, ਇਹ ਲੱਖਾਂ ਦਾ ਬੱਸਾਂ ਦਾ ਖਰਚਾ, ਲੱਖਾਂ ਦਾ 2 ਲੱਖ ਰੁਪਏ ਸ਼ਾਇਦ ਕਰੀਬ ਉਹ ਖਾਣ ਪੀਣ ਦਾ ਉਹਨਾਂ ਨੇ ਲਗਾਇਆ, ਉਹ ਸਾਰਾ ਖਰਚ ਇਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਸਰਕਾਰੀ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਾਉਣਾ ਚਾਹੀਦਾ ਜੇ ਆਪਦੇ ਆਪ ਨੂੰ ਸਹੀ ਕਹਿੰਦੇ। ਹਾਂਜੀ।